ਕੀ ਹੈ ਜਿਹੜੀ ਪੰਜਾਬ ਦੀ ਅਭੀ ਲੜਾਈ ਲੜਦੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜਦੀ चीफ मिनिस्टर वो बने जिहड़ा बंदा दलेर होए हिम्मती होए जिहड़ा फैसले कर जोगा होए जिहने फैसले कीते हो वेलकम सुखबीर बादल जी फॉर अ कन्वर्सेशन विद द ट्रिब्यून टीम थैंक यू वी जस्ट वांट टू हैव अ टॉक विद यू अबाउट द कलर्स द पॉलिटिकल कलर्स दैट वी आर विटनेसिंग एवरी डे इन पंजाब Every day there's a new surprise, there's a new talk going on. Actually, it's the right time because this is election season. So every party has his own agenda. And because of that, the ruling party tries to come out of different ways to make sure the people still remember them. So this is a time where every day you'll have news. ਭਾਜੀ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਜਦੋਂ ਤੁਹਾਡੇ ਨਾਲ ਆਇਆ ਸੀਗਾ ਮੈਂ ਅਤੇ ਤੁਸੀਂ ਕਿਹਾ ਸੀਗਾ ਮੈਂ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਆਪੋਜੀਸ਼ਨ ਕਿਹਨੂੰ ਦੇਖਦੇ ਹੋ ਸਟੇਟ ਦੇ ਵਿੱਚ ਅਤੇ ਤੁਸੀਂ ਕਿਹਾ ਸੀਗਾ ਕਿ ਮੇਰੇ ਖਿਆਲ ਨਾਲ ਤਾਂ ਆਪ ਤੋਂ ਸਾਨੂੰ ਕੁਛ ਆਪੋਜੀਸ਼ਨ ਹੈਗੀ ਹੈ ਤੁਹਾਡਾ ਕੀ ਵਿਚਾਰ ਹੈ ਅੱਜ ਅਗਰ ਸ਼੍ਰੋਮਣੀ ਅਕਾਲੀ ਦਲ ਕਿਸੇ ਨੂੰ ਆਪਣੇ ਵਿਰੋਧ ਵਿੱਚ ਦੇਖਣਾ ਚਾਹੇਗਾ ਤਾਂ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਕਿਹਦੇ ਨਾਲ ਸੀ ਮੈਂ ਪਹਿਲੇ ਕਿਹਾ ਸੀ ਆਪ ਨਹੀਂ ਕਿਹਾ ਸੀ ਮੈਂ ਕਿਹਾ ਕਾਂਗਰਸ ਨਾਲ ਸਾਡੀ ਮੇਨ ਆਪੋਜੀਸ਼ਨ ਹੈ ਅੱਛਾ ਬਟ ਆਪ ਜਿਹੜਾ ਹੈਗਾ ਇਜ਼ ਇਨ ਸਰਟਨ ਪੋਕਿਟਸ ਆਫ ਪੰਜਾਬ ਇਟ ਇਜ਼ ਨੋਟ ਕਿ ਸਾਰੀ ਜਗ੍ਹਾ ਪੰਜਾਬ 'ਚ 117 ਸੀਟਾਂ 'ਤੇ ਆਪ ਹੈ ਪਰ ਸਰਟਨ ਪੋਕਿਟਸ ਹੈਗੀਆਂ ਉਹਨਾਂ ਦੀਆਂ ਜਿੱਥੇ ਉਹਨਾਂ ਦੀ ਮੂਵਮੈਂਟ ਅਤੇ ਉਹਨਾਂ ਦੇ ਵਰਕਰ ਹੈਗੇ ਪਰ ਮੇਨ ਜਿਹੜੀਆਂ ਦੋ ਪਾਰਟੀਆਂ ਜਿਹੜੀਆਂ ਥਰੂ ਪੰਜਾਬ ਹੈ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਆਪਣਾ ਕਾਂਗਰਸ ਇਨ ਦਾ ਬੀ ਐਸ ਪੀ ਹਾਂ ਟ੍ਰੈਡੀਸ਼ਨ ਦੈਟਸ ਦਾ ਮੇਨ ਥਿੰਗ ਸੋ ਜਿਵੇਂ ਕਾਂਗਰਸ ਨੇ ਹੁਣ ਅਨਾਊਂਸ ਕੀਤਾ ਹੈਗਾ ਕਿ 36,000 ਕੰਟਰੈਕਚੁਅਲ ਜਿਹੜੀ ਜੋਬਸ ਹੈਗੀ ਉਹਨੂੰ ਵੀ ਰੈਗੂਲਰਾਈਜ਼ ਕਰਾ ਸਕਦੇ ਹੈਗੇ ਦੇ ਆਰ ਆਲਸੋ ਅਨਾਊਂਸਿੰਗ ਕਿ ਬਿਜਲੀ ਦੇ ਖਾਤੇ ਵੀ ਕੱਟ ਕਰ ਦੇਣਗੇ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਆਮ ਬੰਦੇ ਨੂੰ ਇੰਪ੍ਰੈਸ ਕਰਨ ਲਈ ਤਾਂ ਬਹੁਤ ਵੱਡੀਆਂ ਗੱਲਾਂ ਹੈ ਤੁਸੀਂ ਇਹ ਅਟਰੈਂਸਿਸ ਨੂੰ ਕਿਸ ਲਾਈਟ 'ਚ ਦੇਖਦੇ ਹੋ ਕਾਂਗਰਸ ਦਾ ਤੁਹਾਨੂੰ ਸਭ ਤੋਂ ਪਹਿਲੇ ਬੈਕਗਰਾਊਂਡ ਦੇਖਣਾ ਚਾਹੀਦਾ ਕਿ ਕੀ ਹੈ ਜੈਨੂਅਨਲੀ ਜੋ ਕਹਿੰਦੇ ਆ ਉਹ ਕਰਦੇ ਆ ਕਿ ਉਸ ਫਾਇਦੇ ਮੌਕੇ ਦਾ ਫਾਇਦਾ ਲੈ ਕੇ ਉਸ ਚੀਜ਼ ਦਾ ਐਡਵਾਂਟੇਜ ਲੈਣਾ ਚਾਹੁੰਦੇ ਆ ਆਈ ਕਾਂਗਰਸ ਨੇ ਪਿਛਲੇ ਇਲੈਕਸ਼ਨ ਤੋਂ 3 ਮਹੀਨੇ ਪਹਿਲੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੀਡਰਸ਼ਿਪ ਨੇ ਗੁਟਕਾ ਸਾਹਿਬ ਦੀ ਸਾਰੇ ਜਿਹੜੇ ਮੰਤਰੀ ਹੈ ਨਾਲ ਖੜ੍ਹੇ ਸੀ ਕਿ ਅਸੀਂ ਆਹ ਕਰਾਂਗੇ ਉਹ ਕਰਾਂਗੇ ਘਰ ਘਰ ਨੌਕਰੀ ਸਾਰਾ ਕੁਛ ਜਿੰਨਾ ਕਹਿਣਾ ਸੀ ਕਹਿਤਾ ਅਤੇ ਜਦੋਂ ਸਰਕਾਰ ਬਣੀ ਮੁੱਕ ਗਏ 4 ਸਾਲ ਟੱਪ ਗਏ ਕੁਛ ਨਹੀਂ ਕੀਤਾ 3 ਮਹੀਨੇ ਰਹਿ ਗਏ ਜਾਣ ਕੇ ਹੁਣ ਚੰਨੀ ਨੂੰ ਲਿਆਉਂਦਾ ਚੰਨੀ ਪਹਿਲੀ ਗੱਲ ਤਾਂ ਫਸਟ ਚੋਇਸ ਨਹੀਂ ਸੀ ਇਹਨਾਂ ਦੀ ਲੜਾਈ ਇੰਨੀ ਸੀ ਅਖੀਰ ਜਿਹੜੀ ਚੋਇਸ ਲਾਈ ਚੰਨੀ 'ਤੇ ਆਈ ਜੋ ਚੰਨੀ 'ਤੇ ਆਈ ਹੁਣ ਇਹਨੇ ਪਲਾਨ ਕੀਤਾ ਕਿ ਸਾਰਾ ਕੁਛ ਹੀ ਆਪਾਂ ਆਪਣਾ ਜਿੰਨਾ ਪਾਪ ਹੈ ਆਪਾਂ ਸਾਰਾ ਕੈਪਟਨ ਅਮਰਿੰਦਰ ਸਿੰਘ ਦੱਸ ਦਈਏ ਕਿਉਂਕਿ ਉਹ ਤਾਂ ਹੁਣ ਪਾਰਟੀ 'ਚੋਂ ਨਹੀਂ ਗਏ ਪਰ ਆਈ ਸਾਰੇ ਕੈਬਨਿਟ ਦੇ ਮੰਤਰੀ ਸੀ ਆਹ ਸਾਰੀਆਂ ਡਿਸੀਜਨ ਇਕੱਠੇ ਲੈਂਦੇ ਸੀ ਅਤੇ ਹੁਣ ਜਾ ਕੇ ਕਹਿੰਦੇ ਹੁਣ 3 ਮਹੀਨੇ ਰਹਿ ਗਏ ਹੁਣ ਆਪਾਂ ਜੋ ਜਿਹੜਾ ਵੀ ਆਉਂਦਾ ਦੱਸੋ ਕੀ ਚਾਹੀਦਾ ਦੇ ਦਿਓ ਆਹ ਉਹੀ ਕੰਮ ਕਰ ਰਹੇ ਹੈ ਜਿਵੇਂ ਪੁਰਾਣੇ ਜ਼ਮਾਨੇ 'ਚ ਨਾ ਰਾਜਾ ਹਾਰ ਜਾਂਦਾ ਸੀ ਅਤੇ ਹੁਣ ਪਤਾ ਕਿ ਦੂਜਾ ਰਾਜੇ ਨੇ ਕਬਜ਼ਾ ਕਰਨ ਲੱਗਿਆ ਆਪਣਾ ਕਿਲਾ ਵੀ ਤੋੜ ਦਿੰਦਾ ਸੀ ਅਤੇ ਆਪਣੀ ਪੁਲ ਵੀ ਤੋੜ ਦਿੰਦਾ ਸੀ ਸਾਰਾ ਕੁਝ ਡਿਸਟਰੋਏ ਕਰਕੇ ਨਿਕਲ ਜਾਂਦਾ ਕਹਿੰਦੇ ਮੈਂ ਤਾਂ ਮਰ ਗਿਆ ਹੁਣ ਦੂਜਾ ਨੂੰ ਕਾਂਗਰਸ ਲੀਡਰਸ਼ਿਪ ਖਤਮ ਹੋ ਗਈ ਹੈ ਅਤੇ ਉਹ ਹੁਣ ਜਾਂਦੇ ਫੈਸਲੇ ਕਰੀ ਜਾਂਦੇ ਬਗੈਰ ਸੋਚੇ ਸਮਝੇ ਕੋਈ ਫੈਸਲਾ ਲੈਣਾ ਕਿ ਤੁਸੀਂ ਉਹਨੂੰ ਐਲੋਕੇਸ਼ਨ ਕੀਤੀ ਉਹਦੀ ਕਰਨਾ ਕਹਿਣਾ ਬੜਾ ਸੌਖਾ ਮੁੱਖ ਮੰਤਰੀ ਨੂੰ ਮੈਂ 3 ਰੁਪਏ ਸਸਤੀ ਕਰ ਦੂੰਗਾ ਜਾਂ 10 ਰੁਪਏ ਸਸਤੀ ਕਰ ਦੂੰਗਾ ਰੇਤਾ 5 ਰੁਪਏ ਕਰ ਦੂੰਗਾ ਕਹਿਣ ਤਾਂ ਕਿਉਂਕਿ ਨਿਊਜ਼ ਲੱਗਦੀ ਹੈ ਉਹਨੂੰ ਵੀ ਪਤਾ ਹੈ ਕਿ ਹਲੇ ਲੋਕਾਂ ਨੂੰ ਤਾਂ 1 ਮਹੀਨਾ 1.5 ਮਹੀਨਾ ਲੱਗ ਗਿਆ ਫੈਕਟ ਤਾਂ ਆਉਣਾ ਹੀ ਨਹੀਂ ਪਰ ਕਿਸੇ ਚੀਜ਼ ਦੀ ਐਲੋਕੇਸ਼ਨ ਹੋਈ ਹੈ ਕਿ ਉਹਨਾਂ ਨੇ ਜੇ 3 ਰੁਪਏ ਸਸਤੀ ਕੀਤੀ ਹੈ ਕਿ ਬਿਜਲੀ ਬੋਰਡ ਨੂੰ 5,000 ਕਰੋੜ ਦੇ ਐਲੋਕੇਟ ਕੀਤਾ ਜੇ ਨਹੀਂ ਕੀਤਾ ਕੀ ਹੋਣਾ ਜਦੋਂ ਸਰਕਾਰ ਬਦਲੀ ਜੇ ਬਾਈ ਚਾਂਸ 0% ਚਾਂਸ ਹੈ ਪਰ ਫਿਰ ਵੀ ਡਿਸਕਸ਼ਨ ਵਾਸਤੇ ਲੈ ਲਈਏ ਜੇ ਕਾਂਗਰਸ ਦੀ ਆ ਜਾਂਦੀ ਹੈ ਮੁੱਕਰ ਜਾਂਗੇ ਪਹਿਲੇ ਦਿਨ 'ਚੋਂ ਵੀ ਨਹੀਂ ਜੀ ਹੁਣ ਖਜ਼ਾਨਾ ਖਾਲੀ ਹੈ ਆਪਾਂ ਨੂੰ ਰਿਵਿਊ ਕਰਨਾ ਪੈਣਾ ਜਿਵੇਂ ਕੈਪਟਨ ਨੇ 4 ਸਾਲ ਟਪਾਏ ਜਿਹੜੇ ਲੋਕ ਅਖੀਰਲੇ ਟਾਈਮ 'ਚ ਆਹ ਫੈਸਲੇ ਕਰਦੇ ਨਾ ਇਹਦਾ ਮਤਲਬ ਉਹ ਫਰੋਡ ਖੇਡਣਾ ਚਾਹੁੰਦੇ ਹੈ
कांग्रेस की कोई क्रेडिबिलिटी नहीं है, इस सरकार की कोई क्रेडिबिलिटी नहीं है, तो इस करके जो कह रहे हैं वो सारी कली वोट वास्ते है, वोटा के दिन तक है। आई फैसले 36,000 रेगुलर करने से इंपलॉयज, 4 साल आई इंपलॉयजा इन्ना कुटिया, डांगा मारिया, अरैसट किए, सारा कुछ किया, 4, 4.5 साल पौने 5 साल कुछ नहीं किया, मिले भी नहीं हूँ क्योंकि इलेक्शन आ गया, कर दियो जी, उन्होंने पता कि अगली सरकार आके देखूगी। सो आ जी सरकार है चन्नी, आ ही इज़ ओनली प्लेइंग टू द मीडिया, मीनस मेरी हेडलाइन लगे कि चन्नी आ कर रहा, चन्नी वो कर रहा। थोड़ा जरा एक पी पी एज़ को मुड़ के रिविजिट कर रहे, क्योंकि जो पी पी एज़ हुए पावर वाले उन्होंने इन्ने महंगे मुंगे हुए, थोड़ा लगे हो सकता बिजली इन्ने पर मिलती हूँ, इन्ने पर हो जाऊगी की उन्होंने पी पी ए कैंसल करते कहते कि रिव्यू रिव्यू असैम्बली ने क्या रिव्यू करे कि असैम्बली ऑथराइज है, हाँ तो एग्जैक्टिव डिसीशन है। हूँ तुम असैम्बली तो आप कराता कि काले कानून वापस कर कैंसल होने चाहिए है, तो की है, डज इट हैव एनी पावर? दीज आर जस्ट पोलिटिकल गिमिक्स। जे इन्हों की हिम्मत है पी पी ए कर कैंसल करने ना, कैबिनेट ले आने डिसीजन लेन, कैबिनेट डिसीजन कैंसल नहीं कर सकते, क्योंकि उन्होंने पता है सब तो सस्ते जे कोई पावर प्लांट लगे है तो पंजाब या दो लगे है, एक इन्हों भी आ भी पता है कि बिड प्रोसैस किने बिड प्रोसैस सैट किया, सर मनमोहन सिंह प्राइम मिनिस्टर की गवर्नमेंट ने सब तो पहले किया, कहें कि सर मनमोहन सिंह की प्राइम मिनिस्टर की गवर्नमेंट ने गलत बिड प्रोसैस किया, उन्हों की सरकार ने बिड प्रोसैस किया, उस बिडिंग प्रोसैस से आए है 2.86 रुपये तो पी पी ए पावर प्लांट आए है, तो रोज़ बार बार झूठ बोलना झूठ बोलना झूठ बोलना, कि 4.5 साल किए नहीं, क्यों नहीं केस रजिस्टर करते अफसर फड़ के, जो गलत है तो केस रजिस्टर करो, फड़ के अंदर करो, इन्हों शट करो, एवं झूठ बोलना कि रिव्यू करा रिवाइज करा जी, ना रिवाइज होने ना रिव्यू होने, क्योंकि सारा झूठ है। मतलब पॉसिबिलिटी है नहीं, थोड़ी झूठ ही बोली जाते हैं। डी नो दीज पी पी एज हैव बीन अप्रूव्ड बाय सेंट्रल रेगुलेटरी कमीशन, स्टेट रेगुलेटरी कमीशन, इट गोज थ्रू द ऑल अथॉरिटीज, इट इज़ नॉट एन सिंगल दिस थिंग। एंड मैं होर भी दसा, दीज आर डिसीशन टेकन बाय द पंजाब स्टेट इलेक्ट्रिसिटी बोर्ड, नॉट बाय पंजाब गवर्नमेंट, पंजाब स्टेट इलेक्ट्रिसिटी बोर्ड टेक्स दिस, देयर बोर्ड टेक्स अ डिसीजन, देन दिस इज रिव्यूड बाय पंजाब स्टेट रेगुलेटर जी, then this our PPAs have gone through the scrutiny of central regulators also. So this scam is the same thing as jehda 4-3 baar inane resolution kisani de haq ch lianda na, 3 baar assembly da, ohi cheez hai ki akhbar chhad lai lagge ki PPA review karte, chalo review kar doge tusi PPA, for example let's listen to them, bijli kitho doge जे तुसी अज बंद कर दिंदे हो 5,000 मेगावाट, अज तुसी बिजली बंद कर दिंदे हो, कित्थों परचेज करोगे, कित्थे है बिजली? तुसी गर्मियां छुनी इन्हां दा तलवंडी साबो दा एक यूनिट बिजली दा बंद हो गया सी, ते किन्ना रौला पिया इत्थे पंजाब च, जो 14 रुपये 15 रुपये नूं खरीदनी पई, ते 8-8 घंटे दे कट लगन लगे एक यूनिट, उहदे 4 यूनिट है कल्ले दे, एक यूनिट बंद ना हालात हो गए सी, ते तुसी कहने कि चारे ये दे बंद कर दियो, ते ऐ नहीं दस रहे कि लैके कित्थों आवांगे। ए सर इन्ना ते इन्होंने कहा सी कि सी सेंट्रल ग्रिड चलावांगे, सेंट्रल ग्रिड मां हूं आ भी मैं तुम दसदा झूठ क्यों है जी जी जी, सेंट्रल ग्रिड दी कैपेसिटी है पंजाब नूं किन्ना दे सकदी है, ओके, एक बिजली तार जांदी है जी, एक तार दी कैपेसिटी है कि इहदे च इन्नी कैपेसिटी दी पावर जा सकदी है, तो वध नहीं जा सकदी, सेंट्रल ग्रिड की अपनी कपैसिटी पंजाब नूं देण 3,500 मेगावाट ही है, 3,500 मेगावाट तो वध सेंट्रल ग्रिड भावें तुसी करोड़ां रुपये लैके चले जाओ उन्हां कोले, उह नहीं दे सकदे तुहानूं, अपनी डिमांड 14,000 मेगावाट है। सो 14,000 मेगावाट की जिहड़ी डिमांड है तुसी, फिर इहदा मतलब तुसी काले दिन देखोगे, इत्थे काले कानून देखो, काले दिन इत्थे 10-10 घंटे रोज़ दे घरां 'च बिजली ऑफ होगी,
ਅਤੇ ਇੱਥੇ ਸਾਰੀਆਂ ਫੈਕਟਰੀਆਂ ਹਫ਼ਤੇ ਵਾਸਤੇ ਬੰਦ ਹੋਣਗੀਆਂ ਜੀ। ਕਦੀ ਗੱਲ ਕਰਦੇ ਹੈ ਕਿ ਅਸੀਂ ਬਾਹਰੋਂ ਖਰੀਦਾਂਗੇ ਜੀ, ਆਪਾਂ ਆਪਣਾ ਕੁਛ ਨਹੀਂ ਕਰਨਾ, ਇਹਦਾ ਮਤਲਬ ਫਿਰ ਹਿੰਦੁਸਤਾਨ ਨੂੰ ਅਤੇ ਪੰਜਾਬ ਨੂੰ ਇੰਡਸਟਰੀ ਲਾਉਣ ਦੀ ਲੋੜ ਹੀ ਨਹੀਂ, ਫਿਰ ਤਾਂ ਆਪਾਂ ਸਾਰੀ ਚੀਜ਼ ਬਾਹਰੋਂ ਖਰੀਦਦੇ ਕਰੀਏ। ਮੈਂ ਇਹਨਾਂ ਦੀ ਸੋਚ ਹੀ ਦੇਖ ਰਿਹਾ ਕਿ ਜੀ ਆਪਾਂ ਨੂੰ ਇੱਥੇ ਕੋਲ ਨਹੀਂ, ਆਪਾਂ ਬਾਹਰੋਂ ਖਰੀਦਾਂਗੇ। ਚਲੋ ਅੱਜ ਸਸਤੀ ਹੈ ਬਾਹਰੋਂ ਖਰੀਦ ਲਈ ਜੀ ਭਾਅ ਜੀ, ਅਤੇ ਪਰਸੋਂ ਜੇ ਮਹਿੰਗੀ ਪੈ ਗਈ ਤਾਂ ਫਿਰ ਕੀ ਹੋਊਗਾ, ਜੇ ਉਹ ਦੇਣਾ ਬੰਦ ਕਰਤੇ ਫਿਰ ਕੀ ਹੋਊਗਾ, ਫਿਰ ਆਪਾਂ ਖੇਤੀ ਵੀ ਨਾ ਕਰੀਏ, ਕਿਉਂਕਿ ਬਾਹਰੋਂ ਆਲੂ ਟਮਾਟਰ ਸਸਤੇ ਆ ਜਾਣਗੇ। ਹੈਂ, ਕਣਕ ਅਤੇ ਝੋਨਾ ਕਿਉਂ ਬੀਜਦੇ ਹੈ, ਆਪਾਂ ਕਿਉਂ ਪਾਣੀ ਖਰਾਬ ਕਰੀਏ ਆਪਣਾ, ਬਾਹਰੋਂ ਆਜੂਗਾ ਸਸਤਾ। ਇਨ ਦਾ ਸੇਮ ਲਾਈਕ, ਵਟਸ ਯੋਰ ਓਪੀਨੀਅਨ ਅਬਾਊਟ ਦੀ ਫਾਰਮਰ ਲੋਸ? ਵਿਰੋਧ ਤਾਂ ਅਸੀਂ ਵੀ ਕਰ ਰਹੇ, ਬੋਲਵੀਰ, ਇਹ ਹੋ ਕੀ ਰਿਹਾ, ਕਿੱਥੇ ਗੱਲ ਫਸੀ ਪਈ ਹੈ? ਬੇਸਿਕਲੀ ਕੀ ਹੈ, ਤੁਸੀਂ ਜੇ ਹਿਸਟਰੀ ਦੇਖੋ ਫਾਰਮ ਲੋਸ ਦੀ, ਹਾਂਜੀ, ਹੂ ਇਜ਼ ਬਿਹਾਈਂਡ ਇਟ? ਸਭ ਤੋਂ ਪਹਿਲੇ ਇੰਡੀਆ 'ਚ ਜੇ ਫਾਰਮ ਲੋਸ, ਸੇਮ ਫਾਰਮ ਲੋ ਲਏ ਸੀ ਤਾਂ ਕਾਂਗਰਸ ਪਾਰਟੀ ਲੈ ਕੇ ਆਈ ਸੀ, ਸਰ ਮਨਮੋਹਨ ਸਿੰਘ ਦੀ ਗਵਰਨਮੈਂਟ ਟਾਈਮ, ਉਦੋਂ ਬੀਜੇਪੀ ਨੇ ਅਪੋਜ਼ ਕੀਤਾ ਸੀ ਅਸ ਪਾਰਲੀਮੈਂਟ ਦੇ ਅੰਦਰ। ਉਹਦੇ ਬਾਅਦ ਹੁਣ ਬੀਜੇਪੀ ਸਰਕਾਰ ਲਈ ਆ ਲੈ ਕੇ ਆ ਸੇਮ ਫਾਰਮ ਲੋਸ ਜੀ, ਪਰ ਐਕਟੀ ਕੀ ਹੋਇਆ, ਐਂਡ ਕਾਂਗਰਸ ਨੇ ਅਪੋਜ਼ ਨਹੀਂ ਕੀਤਾ, ਕਿਉਂ? ਕਿਉਂਕਿ ਰਾਹੁਲ ਗਾਂਧੀ ਦੇ ਚੋਣ ਮੈਨੀਫੈਸਟੋ, ਆਲ ਇੰਡੀਆ ਕਾਂਗਰਸ ਮੈਨੀਫੈਸਟੋ ਵਿੱਚ ਦੀਸ ਫਾਰਮ ਲੋਸ ਆ ਪਾਰਟ ਆਫ ਇਟ, ਅ ਕਮਿਟਮੈਂਟ ਬਾਏ ਰਾਹੁਲ ਗਾਂਧੀ। ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜਿਹੜਾ ਮੈਨੀਫੈਸਟੋ ਸੀ 2000 ਕਾਂਗਰਸ ਦਾ, ਜਿਹੜਾ 2017 'ਚ, ਉਹਦੇ 'ਚ ਆ ਤਿੰਨ ਫਾਰਮ ਲੋਸ ਕਮਿਟਮੈਂਟ ਸੀ, ਅਤੇ ਇੱਕੋ ਇੱਕ ਵਾਅਦਾ ਪੂਰਾ ਕੀਤਾ ਕੈਪਟਨ ਆਪਣੇ ਜਿਹੜੇ ਸਰਕਾਰ 'ਚ ਜੀ। ਵਿਦ ਇਨ 3 months ਦੇ ਪਾਸ ਦੀਸ ਫਾਰਮ ਲੋਸ ਇਨ ਪੰਜਾਬ, ਐਂਡ ਵਾਈ ਐਂਡ ਦੇ ਕੈਂਸਲਿੰਗ, ਪਿਛਲੀ ਵਾਰ ਕੀ ਕੀਤਾ ਸੀ ਅਸੀਂ ਰੌਲਾ ਪਾਇਆ ਕਿ ਤੁਸੀਂ ਜਿਹੜੇ ਤਿੰਨ ਤੁਸੀਂ ਪਾਸ ਕੀਤੇ ਉਹ ਤਾਂ ਕੈਂਸਲ ਕਰੋ, ਨਹੀਂ ਕੀਤੇ ਜਿਹੜੇ ਜਿਹੜੇ ਅਸੀਂ। ਉਹਦੇ ਬਾਅਦ ਅਸੀਂ ਕਿਹਾ ਕਿ ਰੈਜੋਲਿਊਸ਼ਨ ਫਰੋਡ ਹੈ, ਤੁਸੀਂ ਵਾਈ ਆਰ ਯੂ ਰੈਜੋਲਿਊਸ਼ਨ ਫਰੋਡ, ਨਹੀਂ ਨਹੀਂ ਰੈਜੋਲਿਊਸ਼ਨ ਰੌਲਾ ਰੌਲਾ ਪਾ ਕੇ ਪਾਸ ਕਰਾਤੀ, ਵੀ ਓਬਜੈਕਟਿਡ ਟੂ ਇਟ ਜੀ ਜੀ। ਅਤੇ ਹੁਣ ਚੰਨੀ ਕੀ ਕਹਿ ਰਿਹਾ ਸੀ, ਥੋੜ੍ਹੀ ਥੋੜ੍ਹੀ ਵੀਡੀਓ ਦੇਖੀ ਹੋਣੀ ਹੈ ਕਿ ਅਸੀਂ ਡਰਦੇ ਸੀ ਕਿ ਸਾਡੀ ਸਾਡੀ ਸਰਕਾਰ ਨਾ ਟੁੱਟ ਜੇ, ਸਾਨੂੰ ਅਫਸਰਾਂ ਨੇ ਕਿਹਾ। ਹੁਣ ਵੀ ਇਹ ਡਰਾਮਾ ਕੀਤਾ ਹੈ, ਹਾਂਜੀ ਹਾਂਜੀ, ਕਿ ਅਸੀਂ ਅਸੀਂ ਕੈਂਸਲ ਕਰ, ਵੀ ਡੋਂਟ ਐਕਸੈਪਟ ਜਿਹੜੇ ਲੋਸ ਦੇ ਉੱਤੇ ਰੌਲਾ ਪਾ ਰਹੇ, ਕਹਿਣ ਦਾ ਮਤਲਬ ਲੈਂਦੇ ਤਾਂ ਕਾਂਗਰਸ ਨਹੀਂ ਲੈਂਦੇ। ਹੁਣ ਇੱਕ ਹੋਰ ਗੱਲ ਹੈ, 7 ਚੀਫ ਮਿਨਿਸਟਰਾਂ ਦੀ ਕਮੇਟੀ ਬਣੀ ਜੀ, ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ ਇਜ਼ ਵਨ ਆਫ ਦੈਮ, ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਅਟੈਂਡਡ ਮੀਟਿੰਗਸ, 2 ਸਾਲ ਮੀਟਿੰਗਾਂ ਚੱਲੀਆਂ, ਵਾਸ ਪੰਜਾਬ ਪੀਪਲ ਇਨਫੋਰਮਡ ਅਬਾਊਟ ਇਟ? ਪੰਜਾਬ ਦੇ ਕਿਸੇ ਨੂੰ ਨਹੀਂ ਦੱਸਿਆ, ਤਾਂ ਜਦ ਐਕਟ ਆ ਗਏ ਲਾਉਣ ਗਏ ਫਿਰ ਹੁਣ ਰੌਲਾ ਪਾਇਆ, ਜੇ ਉਦੋਂ ਹੀ ਦੱਸ ਦਿੰਦੇ ਤਾਂ ਉਦੋਂ ਰੌਲਾ ਪੈ ਜਾਂਦਾ, ਵੀ ਇਹ ਫਾਰਮ ਲੋਸ ਆਉਣੇ ਨਹੀਂ ਸੀ। ਅੱਛਾ, ਯੂ ਵਿਲ ਐਕਸੈਪਟ, ਇਹ ਗੱਲ ਤਾਂ ਮੰਨੋਗੇ, ਤੁਸੀਂ ਵੀ ਜਦੋਂ ਜਾਂਦੇ ਹੋ ਤਾਂ ਫਾਰਮਰਸ ਤੁਹਾਨੂੰ ਵੀ ਸ਼ਾਇਦ ਥੋੜ੍ਹਾ ਓਪੋਜੀਸ਼ਨ ਕਰਦੇ ਹੈ? ਨਹੀਂ ਨਹੀਂ, ਇੱਥੇ ਕੀ ਹੋ ਰਿਹਾ, ਦੇਰ ਇਜ਼ ਅ ਕੰਪਲੀਟ ਡਿਫਰੈਂਸ। ਓਕੇ ਸਰ, ਮੈਨੂੰ 50 ਦਿਨ ਹੋ ਗਏ ਜਾਂਦੇ, 50 ਦਿਨਾਂ 20-25 ਜਿੰਨੇ ਵੀ ਹੈਗੇ ਉਹ ਮੈਨੂੰ ਪ੍ਰੋਟੈਸਟ ਕਰਦੇ, ਕੌਣ ਹੈ? ਆਈ ਸ਼ੋ ਯੂ ਫੋਟੋਗ੍ਰਾਫਸ, ਕਾਂਗਰਸ MCs, ਕਾਂਗਰਸ ਸਰਪੰਚਸ, ਆਹ ਸੋਚਦੇ ਹੈ ਕਾਂਗਰਸ ਐਂਡ ਆਮ ਆਦਮੀ ਪਾਰਟੀ ਵਾਲੇ ਕਿ ਟੁੱਟ ਚ ਕਾਂਗਰਸ, ਹੁਣ ਇੱਕ ਫੈਸ਼ਨ ਬਣ ਗਿਆ ਕਿ ਪ੍ਰੋਟੈਸਟ ਕਰਨ ਦਾ, ਕਿ ਕਿਸਾਨੀ ਝੰਡਾ ਲੈ ਲਓ ਅਤੇ ਆਪਣੇ ਆਪ ਬੰਦੇ ਖੜ੍ਹੇ ਕਰ ਦਿਓ, ਆਪਣੇ ਬੰਦੇ, ਦਿਸ ਇਜ਼ ਵਾਟ ਇਜ਼ ਹੈਪਨਿੰਗ। ਸੋ ਵਾਟ ਇਜ਼ ਹੈਪਨਿੰਗ ਇਫ ਯੂ ਆਰ ਡੂਇੰਗ ਲਾਈਕ ਦੈਟ? ਆਈ ਡੋਂਟ ਕੇਅਰ, ਹੈਵ ਆਈ ਸਟੋਪਡ? ਬਿਕੋਜ਼ ਆਹ ਕਿਉਂ ਨਹੀਂ ਜਾਂਦੇ ਅੰਦਰ ਪਿੰਡਾਂ 'ਚ, ਲੋਕਾਂ ਕੋਲ ਕਿਉਂ ਨਹੀਂ ਜਾਂਦੇ ਕਾਂਗਰਸ ਵਾਲੇ? ਅੱਛਾ, ਇੱਕ ਹੋਰ ਵੀ ਐਗਜ਼ਾਮਪਲ ਦੱਸਦਾ, ਹਾਂਜੀ, ਵਾਈ ਇਜ਼ ਦੇ ਨੋ ਪ੍ਰੋਟੈਸਟ ਫਰ ਕੇਜਰੀਵਾਲ ਕਮਸ? ਰਾਈਟ, ਦੀਸ ਆਰ ਥਿੰਗਸ, ਦਿਸ ਇਜ਼ ਜਸਟ ਅ ਪੋਲੀਟੀਕਲ ਮੈਚ ਬੀਂਗ ਪਲੇਡ। ਵਨ ਮੋਰ ਅਨਾਊਂਸਮੈਂਟ, ਚੰਨੀ ਜੀ ਨੇ ਕਿਹਾ, ਕੱਲ੍ਹ ਹੀ ਕਿਹਾ ਕਿ ਜਿਹੜੀਆਂ ਜੋਬਸ ਹੈਗੀਆਂ ਉਹਦੇ 'ਚ ਰੈਜ਼ਰਵੇਸ਼ਨ ਫੋਰ ਦੀ ਪ੍ਰਾਈਵੇਟ, ਐਂਡ ਹੀ ਇਜ਼ ਕਾਪਿੰਗ ਨਾਓ ਆਰ 13-point ਏਜੰਡਾ, ਇਫ ਯੂ ਲੁੱਕ ਐਟ ਮਾਈ 13-point ਏਜੰਡਾ। ਓਕੇ, ਐਗਜ਼ੈਕਟ, ਵਨ ਆਫਟਰ ਅਨਦਰ ਹੀ ਵਾਂਟਸ ਟੂ ਸੇ ਆਈਵ ਡਨ ਇਟ, ਆਈਵ ਡਨ ਇਟ, ਆਈਵ ਡਨ ਇਟ, ਰਾਈਟ, ਵਿਦ ਨੋ ਪਲਾਨ, ਨੋ ਏਜੰਡਾ, ਯੂ ਨੋ ਹਿਜ਼ ਅਨਾਊਂਸਮੈਂਟ ਕੀ ਕਰਕੇ ਇੱਕ ਕੈਬਨਿਟ ਕਰ ਦਿਓ, ਵਿਦਆਊਟ ਦ ਲੋਜਿਸਟਿਕਸ ਬਿਹਾਈਂਡ ਇਟ, ਆ ਥਿੰਕਿੰਗ ਬਿਹਾਈਂਡ ਇਟ। ਚੰਨੀ ਇਜ਼ ਡੈਸਪਰੇਟ ਟੂ ਸ਼ੋ ਟੂ ਦ ਪੀਪਲ ਦੈਟ ਹੀ ਇਜ਼ ਅ ਲੀਡਰ, ਡੈਸਪਰੇਟ, ਲੀਡਰ ਆਫ ਦੀ ਮਾਸਿਸ। ਨੋ, ਹੁਣ ਇੱਕ ਗੱਲ, ਕਿਤੇ ਤੁਸੀਂ ਐਂ ਕਰੋ, ਅੱਜ ਰਾਤ ਚਲੇ ਜਾਓ ਜੀ 2 ਵਜੇ ਜੀ ਚੰਨੀ ਨੂੰ ਮਿਲ, ਮਿਲੂਗਾ ਤੁਹਾਨੂੰ? ਉਦੋਂ ਬੜੀ ਰਾਤ ਨੂੰ ਕੈਮਰਾ ਲਾ ਕੇ ਦੋ ਆਪਣੇ ਪਿੰਡ ਦੇ ਬੰਦੇ ਬੁਲਾਏ ਅਤੇ ਬਾਹਰ ਬੈਠਾ ਜੀ ਚੰਨੀ ਮੁੱਖ ਮੰਤਰੀ ਨੂੰ ਮਿਲਣ ਵਾਸਤੇ, ਮੈਂ 2 ਵਜੇ ਰਾਤ ਨੂੰ ਮਿਲਦਾ। ਕੱਲ੍ਹ ਰਾਤੀ ਗਾਂਢ ਡਿੱਗੀ ਸੀ, ਗਾਂਢ ਡਿੱਗੀ ਸੀ, ਗਾਂਢ ਪਹਿਲੇ ਪੁਲਿਸ ਨੂੰ ਕਿਹਾ ਗਾਂਢ ਫਿਰ ਟੋਏ ਸੁੱਟੋ, ਮੈਂ ਆ ਰਿਹਾ ਅਤੇ ਉਹਦੇ ਬਾਅਦ ਮੈਂ
ਇਹ ਜਿਹਾ ਫਰੋਡ ਜਿਹੜਾ ਜਿਹੜਾ ਬੰਦਾ ਮੀਡੀਆ ਚੰਨੀ ਨੂੰ ਮਿਲ 2 ਵਜੇ ਕਹਿੰਦਾ ਮੈਂ ਸਾਰਿਆਂ ਨੂੰ ਮਿਲਦਾ ਹੈ 2 ਵਜੇ ਮਿਲੇ ਐਂਡ ਦਿਸ ਡਰਾਮਾ ਐਵਰੀ ਡੇ ਡਰਾਮਾ ਜੀ ਮੈਂ ਭੁੱਜੇ ਬਹਿ ਕੇ ਕਰਾਂ ਮੈਂ ਆਮ ਆਦਮੀ ਹੈ ਆਮ ਆਦਮੀ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਉਹ ਮੈਂ ਆਮ ਆਦਮੀ ਹੈ ਉਹਦੇ ਪਹਿਰਾਵੇ ਤੋਂ ਉਹਦੇ ਰਹਿਣ ਸਹਿਣ ਤੋਂ ਉਹਦੀ ਗੱਲ ਕਰਨ ਤੋਂ ਉਹਦੀ ਸੋਚ ਤੋਂ ਪਤਾ ਲੱਗ ਜਾਂਦਾ ਆਮ ਆਦਮੀ ਦੀ ਜੇ ਸੋਚ ਕਿਸੇ ਕੋਲ ਸੀ ਜਾਂ ਹੈ ਸਤਾਬ ਪ੍ਰਕਾਸ਼ ਸਿੰਘ ਬਾਦਲ ਕੋਲ ਸਤਾਬ ਪ੍ਰਕਾਸ਼ ਸਿੰਘ ਬਾਦਲ ਆਮ ਆਦਮੀ ਦਾ ਸੋਚਦੇ ਸੀ ਜਿੰਨੀਆਂ ਵੀ ਗਰੀਬ ਨੂੰ ਸਹੂਲਤਾਂ ਮਿਲੀਆਂ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਬਾਦਲ ਸਤਾਬ ਪ੍ਰਕਾਸ਼ ਸਿੰਘ ਬਾਦਲ ਮੈਂ ਚੰਨੀ ਨੂੰ ਪੁੱਛਦਾ ਤੂੰ ਕਹਿੰਦਾ ਮੈਂ ਆਮ ਆਦਮੀ ਹੈ SC ਸਕੋਲਰਸ਼ਿਪ ਬੰਦ ਕਰਾਈ ਤੁਸੀਂ 5 ਸਾਲ ਆਪ SC ਭਾਈਚਾਰੇ ਨਾਲ ਸੰਬੰਧ ਹੈ ਕਿਉਂ ਨਹੀਂ ਰੌਲਾ ਪਾਇਆ ਉਦੋਂ ਤੈਨੂੰ ਆਮ ਆਦਮੀ ਬਣਿਆ ਨਹੀਂ ਸੀ ਤੂੰ ਉਦੋਂ ਕਿਉਂ ਨਹੀਂ ਬਣਿਆ ਬੋਲਿਆ ਤੂੰ ਜਦੋਂ ਇੱਥੇ ਰੇਤੇ ਦਾ ਸਕੈਮ ਹੋਇਆ ਕਹਿੰਦਾ ਪਹਿਲੇ ਦਿਨ ਆਏ ਚੰਨੀ ਸਾਹਿਬ ਕਹਿੰਦੇ ਜੀ ਜਿੰਨੇ ਰੇਤਾ ਮਾਫੀਆ ਮੇਰੇ ਤੋਂ ਇੰਨੇ ਦੂਰ ਗੱਲ ਦੂਰ ਰਹੇ ਹੋ ਅਤੇ ਰੇਤਾ ਕਿੰਗ ਆਪਣਾ ਰਾਣਾ ਗੁਰਜੀਤ ਜਿਹਨੂੰ ਮਿਨਿਸਟਰੀ ਛੱਡਣੀ ਪਈ ਉਹਨੂੰ ਕੈਬਨਿਟ 'ਚ ਲੈ ਲਿਆ ਜਲਾਲਪੁਰ ਆ ਜਿਹੜੇ ਸਾਰੇ ਜਿੰਨੇ ਕਾਂਗਰਸ ਦੇ MLA ਹੈ ਜਿਹੜੇ ਲਿਕਰ ਮਾਫੀਆ ਜਿਨ੍ਹਾਂ ਦੇ ਘਰੇ ਫੈਕਟਰੀਆਂ ਫੜੀਆਂ ਗਈਆਂ ਆ ਉਹਦੇ ਨਾਲ ਬੈਠੇ ਹੁੰਦੇ ਹੈ ਅਤੇ ਕਹੂੰਗਾ ਮੈਂ ਆਮ ਆਦਮੀ ਚੰਨੀ ਆ ਡਰਾਮਾ ਕਰ ਆਪਣੇ ਉਸ ਚੀਜ਼ ਦਾ ਫਰੋਡ ਬਣਾ ਕੇ ਆਮ ਆਦਮੀ ਜੀ ਵੈਗਨ ਕਾਰ 'ਚ ਨਹੀਂ ਉਹਦਾ ਬੇਟਾ ਚਲਾਉਂਦਾ ਮਸਰੀ ਜੀ ਵੈਗਨ ਵਿੱਚ 2.5 ਕਰੋੜ 3 ਕਰੋੜ ਦੀ ਹੈ ਉਹ ਆਮ ਆਦਮੀ ਨਹੀਂ ਬੱਚਾ ਨਹੀਂ ਬੇਟਾ ਨਹੀਂ ਚਲਾਉਂਦਾ ਆਮ ਆਦਮੀ ਸੈਂਟਰਲੀ ਏਅਰ ਕੰਡੀਸ਼ਨ 'ਚ ਪੈਲਸ 'ਚ ਨਹੀਂ ਰਹਿੰਦਾ ਪਾਉਂਦਾ ਆਮ ਆਦਮੀ 'ਚ ਕਹਿਣਾ ਬੜਾ ਸੌਖਾ ਹੈ ਕਿ ਮੈਂ ਆਮ ਆਦਮੀ ਕੇਜਰੀਵਾਲ ਵੀ ਕਹਿੰਦਾ ਸੀ ਆਮ ਆਦਮੀ ਜਿਹੜੇ ਬੰਦੇ ਆਮ ਆਦਮੀ ਦੇ ਨਾਂ 'ਤੇ ਫਰੋਡ ਕਰਦੇ ਨਾ ਉਹ ਸਭ ਤੋਂ ਵੱਡੇ ਫਰੋਡ ਉਹ ਹੁੰਦੇ ਆ ਆਮ ਆਦਮੀ ਦੀ ਸੋਚ ਰੱਖੋ ਕਹਿਣ ਦੀ ਲੋੜ ਨਾ ਪਏ ਆਮ ਆਦਮੀ ਦੇ ਵਾਸਤੇ ਕੰਮ ਕਰੋ ਇਕੱਲੇ ਕਹਿਣਾ ਨਹੀਂ ਜਿਹੜਾ ਇਕੱਲਾ ਕਹੂਗਾ ਨਾ ਉਹ ਕਰਦਾ ਨਹੀਂ ਮਾਈਨਿੰਗ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜਿਹੜੇ ਹੁਣ ਕਹਿੰਦੇ ਕਿ ਅਸੀਂ ਘੱਟ ਕੀਮਤ 'ਚ ਕਰ ਦਾਂਗੇ ਇੱਕ ਅਖਬਾਰ ਮੈਂ ਕੱਲ੍ਹ ਹੀ ਪੜ੍ਹਿਆ ਕਹਿੰਦਾ 5 ਰੁਪਏ ਕਰ ਦਾਂਗੇ ਹਾਂਜੀ ਹਾਂਜੀ ਸਭ ਤੋਂ ਵੱਡਾ ਜਿਹੜਾ ਸੈਂਡ ਮਾਫੀਆ ਦਾ ਕੰਟਰੋਲ ਕਰ ਰਿਹਾ ਨਾ ਉਹ ਇਹਨਾਂ ਦਾ ਚਾਂਡਲ ਹੈਗਾ ਚੰਡੇਲ ਜਿਹੜਾ ਇਹਨਾਂ ਦਾ ਮੇਨ ਜਿਹੜਾ ਇਹਨਾਂ ਦਾ ਕਾਂਗਰਸ ਪਾਰਟੀ ਦਾ ਨਾਂ ਓਬਜ਼ਰਵਰ ਲੱਗਿਆ ਕਾਂਗਰਸ ਦਾ ਜਿਹੜਾ ਰਾਜਸਥਾਨ ਤੋਂ ਉਸ ਦਾ ਕਾਂਗਰਸ ਓਬਜ਼ਰਵਰ ਹੈ ਉਹਦਾ ਰਾਈਟ ਹੈਂਡ ਮੈਨ ਹੈ ਜਿਹੜਾ ਹੈਗਾ ਆ ਰਹਿਣ ਮਾਫੀਆ ਇਜ਼ ਕੰਟਰੋਲਡ ਬਾਏ ਇਟ ਇਜ਼ ਜਸਟ ਅ ਨਿਊਜ਼ ਪੇਪਰ ਸਟੇਟਮੈਂਟ ਅੱਜ 40 ਰੁਪਏ 30 ਰੁਪਏ 35 ਰੁਪਏ ਡਿਪੈਂਡ ਕਰਦਾ ਰਿਸ਼ਤ ਉੱਨੇ ਦਾ ਰੇਟ ਚੱਲ ਰਿਹਾ ਕਿਤੇ ਜਾ ਕੇ ਪਤਾ ਕਰ ਲਓ ਰਾਈਟ ਅੱਜ ਤੁਸੀਂ ਅੱਜ ਵੀ ਮੈਂ ਕਹਿੰਦਾ ਟੀਮਾਂ ਭੇਜੋ 40 ਰੁਪਏ ਤੋਂ ਘੱਟ ਨਹੀਂ ਹੈ ਚੰਨੀ ਇਕੱਲਾ ਸਟੇਟਮੈਂਟ ਕਿ 5 ਰੁਪਏ ਕਰਤਾ 5 ਰੁਪਏ ਵੀ ਨਾ ਕਹਿ ਫ੍ਰੀ ਕਹਿੰਦੇ ਜੇ ਕਹਿਣਾ ਹੀ ਹੈ ਰਸਾਇਣ ਵੀ ਫ੍ਰੀ ਆਹ ਵੀ ਫ੍ਰੀ What's your opinion about the AG issue? ਜਿਹੜਾ ਮੁੱਖ ਮੰਤਰੀ ਹਾਂਜੀ ਜਿਹੜਾ ਮੁੱਖ ਸੀ ਪੰਜਾਬ ਨੀਡਸ ਅ ਸਟਰੋਂਗ CM ਜੀ ਸਟਰੋਂਗ CM ਡਿਸਾਈਸਿਵ CM ਜਿਹੜਾ CM ਆਪਣਾ AG ਨਹੀਂ ਲਾ ਸਕਦਾ ਆਪਣਾ DG ਨਹੀਂ ਲਾ ਸਕਦਾ ਫਿਰ ਉਹ CM ਕਹਿਣ ਦੇ ਲਾਇਕ ਨਹੀਂ ਹੈ ਟੂਡੇ CM ਇਜ਼ ਨੋਟ ਚੰਨੀ ਇਟ ਇਜ਼ ਪ੍ਰਿਅੰਕਾ ਗਾਂਧੀ ਰਾਹੁਲ ਗਾਂਧੀ ਸਵੇਰੇ ਹੈਲੀਕਾਪਟਰ ਚੱਕ ਕੇ ਉੱਥੇ ਚਲੇ ਜਾਂਦੇ ਆ ਦੱਸੋ ਕੀ ਕਰਨਾ ਹੈ ਉਹਨਾਂ ਨੂੰ ਕਮਿਟਮੈਂਟ ਕਰਕੇ ਆਇਆ ਚੰਨੀ 200 ਕਰੋੜ ਰੁਪਇਆ ਮੈਂ ਇਲੈਕਸ਼ਨ 'ਚ ਦੇਣਾ ਕਮਿਟਮੈਂਟ ਕਰਕੇ ਆਇਆ ਕਿ ਮੈਨੂੰ ਉਹਨਾਂ ਨੇ ਇਲੈਕਸ਼ਨ ਵਾਸਤੇ ਕਾਂਗਰਸ ਦੇ ਅੱਜ ਸਾਰਿਆਂ ਨੂੰ ਮੇਰੇ ਕੋਲ ਲਿਕਟ ਕੰਟਰੈਕਟਰਾਂ ਨੇ ਗੱਲ ਕੀਤੀ ਸਾਰੇ ਲੋਕ ਮੈਨੂੰ ਮਿਲਦੇ ਆ ਕਹਿੰਦੇ ਚੰਨੀ ਬੁਲਾ ਬੁਲਾ ਕੇ ਪੈਸੇ ਰੋਜ਼ ਸ਼ਾਮ ਨੂੰ ਉਹਨਾਂ ਦੇ ਉੱਥੇ ਮੋਰਿੰਡੇ ਜਾ ਕੇ ਦੇਖ ਲਓ ਤੁਸੀਂ ਰਾਤ ਨੂੰ CCTV ਕੈਮਰਾ ਮੰਗਾ ਲਓ ਉੱਥੇ ਜਿੰਨੇ ਕੰਟਰੈਕਟਰ ਜਿੰਨੇ ਬਿਜ਼ਨਸ ਰਾਤ ਨੂੰ ਬੁਲਾਏ ਜਾਂਦੇ ਕਿ ਇੰਨੇ ਲਿਓ ਪੈਸੇ ਲਿਓ ਇੰਨੇ ਪੈਸੇ ਲਿਓ ਕਿਉਂਕਿ ਅਸੀਂ ਉੱਤੇ ਹਾਈ ਕਮਾਂਡ ਦੇਣੇ ਹਾਂ ਕਿਉਂਕਿ ਉਹ ਕਹਿੰਦੇ ਕਿ ਪੰਜਾਬ ਦਾ CM ਹੈ UP ਦੇ ਇਲੈਕਸ਼ਨ ਸਾਰੀ ਫੰਡਿੰਗ ਇੱਥੋਂ ਹੋ ਗਈ ਪੰਜਾਬ ਦੀ
आ तां सोच लै के चलिए आ सोचना तुसीं कहना रेट कसैंड दे कट जाणगे लिकर दे माफिया कटूगा एवें गल्लां करनियां मैं चन्नी नूं चैलेंज करदा एक एक चीज़ दस्सो जो इंप्लीमेंट कीती है एक चीज़ ते ओह चीज़ दे मगर ओहदी थोड़े कोले एलोकेशन कीती है फंड्स की नहीं जी ये रिलेटेड गल एक बंदा तो कर रहा राजा वड़िंग ने जो पिछले कुछ टाइम तो खास करके सो कॉल्ड इलीगल बसेस दे जो कर रहा है एक बस इलीगल नहीं है वो कह रहा है इलीगल बसा हाँ जी ऑल बसेस आर लीगल मैं एक साड़ी बस फड़ी जाए और दस दे इलीगल है दे आर ऑल लीगल बसेस फ्लाइंग ऑन लीगल रूट्स गिवन बाय गवर्नमेंट ऑफ पंजाब कल मैं नहीं सारे हूँ कह दें इलीगल एक्सटेंशन दतिया दैट मैटर इज सबजूडिस इन कोर्ट तीजी गल हूँ कह रहे हैं कि टैक्स इन्होंने नहीं भरे टैक्स नहीं भरे जी मेरी ट्रांसपोर्ट कंपनी का तुम रिकॉर्ड देख लो इस 31 मार्च तो पहले जदों की 1947 की ट्रांसपोर्ट कंपनी बनी है देर इज नॉट इन वन डे डिले इन टैक्स फ्रॉम 1947 मार्च के बाद दे गिव अ नोट दे से बसेज हैव टू बी रन ओनली 50% कैपेसिटी दे कैनॉट रन ऑन सैटरडे संडे टैक्स यू हैव टू गिव द फुल हाउ कैन यू गिव द फुल टैक्स पंजाब ट्रांसपोर्ट एम्प्लॉइज यूनियन और पंजाब ट्रांसपोर्ट हैव गिवन अ रिप्रजेंटेशन टू द ट्रांसपोर्ट मिनिस्ट्री ट्रांसपोर्ट मिनिस्ट्री हैव हैड अ ट्रांसपोर्ट मिनिस्टर्स हैव ऑलरेडी हैड अ मीटिंग विद फाइनेंस दे आर ट्राइंग टू वेव दैट ऑफ वी हैव बीन द ओनली डिस्पाइट दैट दूजे के किसी ने भी टैक्स नहीं भरया आर कंपनी हैज बीन पेइंग 50% टैक्स टिल डेट तुसी की कहने आर टी नूं की कह रहे हो कि बादलों के बंद कर दियो चलो मेरे बंद कर दियो कोई फर्क नहीं मैंने पता बंद कर दियो फिर तुसी मनप्रीत सिंह बादल की क्यों नहीं बंद की किटी ढिलों की क्यों नहीं बंद की एक मैं दस दौ जो करतार बस क्यों नहीं की जो बंद की है दीप ट्रांसपोर्ट की जुझार की सुखबीर सिंह बादल की कोई फर्क नहीं की फर्क पैदा टैक्स टुटिया दसा कि पंजाब रोडवेज का 280 crores पंजाब रोडवेज की बस क्यों नहीं बंद करते जो टैक्स टुटिया जिमें एक्सटेंशन साड़ी गल करते हैं साड़ी ट्रांसपोर्ट में एक्सटेंशन मिली है उवें पंजाब रोडवेज में मिली है उवें पी आर टी सी मिली है सो वट एवर इज़ द जुडिशियल फेट ऑफ दैट दीज एक्सटेंशन हैव बीन गिवन ओवर 30 years सो वट एवर इज़ द जुडिशियल फेट ऑफ दैट विल टेकन आफ्टर द फाइनल वर्ड इन द जुडिशरी जी बेसिकली ही इज ऑलसो प्लेइंग टू द गैलरी इन्हों का एको ही काम है मैं इन्हें पूछना चाहता 4 महीना 1.5 महीना हो गया बादल 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 तो बगैर ना चन्नी कर रहा कुछ तो ना राजा वड़िंग कर रहा है ना सुखी रंधावा कर रहा है उन्होंने कला बादल ही देख रहे हैं मैं क्या करो बाकिया के छड़ दो बसा मेरिया बंद करा दो घट घट दूजे तो पीसफुली बैठन मैनू कोई फर्क नहीं पैंदा अज किसानों डी ए पी नहीं मिल रही कि चन्नी ने जो आम आदमी का चीफ मिनिस्टर है कि उन्हें डी ए पी का इंतजाम किया अज लाइना तो खड़े है डी ए पी मैं हूँ ही पंजाब हूँ ही मैं मुकेरिया तो जाके आया झोना खेतों च खड़ा तो मंडिया बंद करती इन्होंने इस चन्नी मिनिस्टर चीफ मिनिस्टर जो अपने आई नहीं पता कि हले झोना खेतों च खड़ा हज़ारा एकड़ झोना खेतों च खड़ा तो अपनिया जी मंडिया बंद करतियाँ वो बेचारे किसान हूँ दसा रौला पाई जाते हूँ लैके अपना झोना शेलर को जा रहे 300 रुपये 400 रुपये घट बेच रहे हैं फिर आ चीफ मिनिस्टर है मुआवजा कणक का अपने नरमे का जो पहले दिन गया सी जफ्फी पाई सी हले तक मुआवजा दिता नहीं ना मुआवजा यदा दिता ना बासमती तबाह हो गई वह नहीं दिता झोना तबाह हो गया गड़े ना वो नहीं दिता कोई परवाह नहीं कोई फिक्र नहीं है अज गैंगस्टर राज नाल लुट खोह चली जाती है जिहड़ी अज मैं हुणी लुधियाणे तो जाके आए हैं इंडस्ट्रियलिस्ट मेरे को आया कि एक्सटॉशन साढ़े इंडस्ट्री तो हज़ारा मतलब 100-200 crore एक्सटॉशन हो गई है पिछले 3-4 महीनों
ਉਹ ਪੁਲਿਸ ਕੋਲ ਜਾਂਦੇ ਆ ਅਤੇ ਪੁਲਿਸ ਕਹਿੰਦੀ ਅਸੀਂ ਚੁੱਪ ਕਰਕੇ ਬੈਠੀ ਹੈ ਕਿ ਬਾਦਲ 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 ਦੇ ਬਗੈਰ ਆ ਨਹੀਂ ਦਿਖਦਾ ਉਹਨਾਂ ਨੂੰ ਜਿਹੜਾ ਐਕਸਟੋਰਸ਼ਨ ਚਲੀ ਜਾਂਦੀ ਹੈ ਜਿਹੜੇ ਬੱਚੇ ਸਕੋਲਰਸ਼ਿਪ ਨਹੀਂ ਮਿਲੀ ਐਸ ਸੀ ਬੱਚਿਆਂ ਨੂੰ ਉਹਦੇ ਤਰਸ ਤਾਂ ਇਹਨੇ ਦੇਖਿਆ ਨਹੀਂ ਮੈਂ ਉਹੀ ਕਹਿਣਾ ਚਾਹੁੰਦਾ ਚੰਨੀ ਸਰਕਾਰ ਅਤੇ ਉਹਦੇ ਜਿਹੜੇ ਮੰਤਰੀ ਹੈ ਉਹਨਾਂ ਦੇ ਕੋਈ ਫਾਇਦਾ ਹੈਗਾ ਬਾਦਲ ਫੋਬੀਆ ਹੁਣ ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਦੀ ਸਾਜਿਸ਼ ਨਿਕਾਬ ਹੋ ਗਈ ਜਿਹੜੀ ਚੀਫ ਮਿਨਿਸਟਰ ਹੋਮ ਮਿਨਿਸਟਰ ਬਹਿ ਕੇ ਐੱਸ ਆਈ ਟੀ ਦੇ ਨੂੰ ਇੰਸਟਰਕਸ਼ਨ ਦੇ ਰਹੇ ਹੈ ਫੈਬਰੀਕੇਟ ਕਰਨ ਵਾਸਤੇ ਕੇਸ ਫੈਬਰੀਕੇਟ ਕਰਨ ਵਾਸਤੇ ਕੇਸ ਕੀ ਆ ਜੁਡੀਸ਼ਰੀ ਦੇ ਜੋ ਜੁਡੀਸ਼ਰੀ ਜੁਡੀਸ਼ੀਅਲ ਆਰਡਰ ਦੇ ਖਿਲਾਫ਼ ਨਹੀਂ ਹੈ ਹਾਊ ਕੈਨ ਅ ਚੀਫ ਮਿਨਿਸਟਰ ਡਾਇਰੈਕਟ ਐੱਸ ਆਈ ਟੀ ਟੂ ਡੂ ਵਟ What is your take on how the things are going on the Bargari issue? See, they are not interested in, they are not interested in solving the issue, finding the guilty. They are interested in only politicizing it. Unna da puri koshish kiti saadhe chaar saal ki Badal family nu phasao. Justice Ranjit Singh Commission banaya. Oh, Ranjit Singh Commission ek lafz nahi likh sakya. Ode baad ਐਸ ਉਹ ਜਿਹੜਾ ਆਈ ਜੀ ਸੀ ਵਿਜੇ ਕਮਲ ਪ੍ਰਧਾਨ ਉਹਦਾ ਕਮਿਸ਼ਨ ਲਾਇਆ ਉਹਨੇ ਪੂਰਾ ਜ਼ੋਰ ਲਾਇਆ ਗੱਲਬਾਤ ਕੇ ਫੋਰਸ ਕੀਤੇ ਫੈਬਰੀਕੇਟ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਵਿਟਨੈਸ ਇੱਕ ਨਹੀਂ ਕਹਿ ਸਕਿਆ ਸਾਡੀ ਇਨਵੋਲਵਮੈਂਟ ਉਹਨੇ ਸਾਰੇ ਚਲਾਨ ਦਿੱਤੇ ਪਰ ਰੋਜ਼ ਸਟੇਟਮੈਂਟ ਮੈਂ ਅੱਜ ਬਾਦਲਾਂ ਨੂੰ ਅੰਦਰ ਕਰੂੰਗਾ ਮੈਂ ਕੱਲ੍ਹ ਕਰੂੰਗਾ ਪਰਸੋਂ ਕਰੂੰਗਾ ਕੁਛ ਨਹੀਂ ਕੀਤਾ ਹੁਣ ਨਵਾਂ ਜਿਹੜਾ ਬਣਾਇਆ ਡਿਪਟੀ ਸੀ ਐਮ ਉਹ ਵੀ ਕਹਿ ਮੈਂ ਕਰੂੰਗਾ ਕੀ ਬਾਤ ਕੀ ਸੀ ਐਮ ਜੇ ਕੋਈ ਕੋਈ ਚੋਰੀ ਕਰਦਾ ਡਕੈਤੀ ਕਰਦਾ ਹਲੇ ਚੋਰ ਤਾਂ ਫੜਿਆ ਨਹੀਂ ਆਪਾਂ ਪਹਿਲੀ ਕਿਸੇ ਨੂੰ ਨੇਮ ਕਰ ਦੋਗੇ ਸੀ ਐਮ ਸਾਹਿਬ ਵੀ ਕਹਿ ਰਹੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪੂਰੀ ਇਹਨਾਂ ਨੂੰ ਦਿੱਤੀ ਹੋਈ ਸੀ ਸਪੋਰਟ ਦਿੱਤੀ ਹੋਈ ਨਹੀਂ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦਾ ਮੰਤਰੀ ਸੀ ਉਦੋਂ ਤਾਂ ਆਪਣਾ ਤਾਂ ਬਲੂ ਵਾਈਟ ਬੋਇਜ਼ ਸੀ ਚੰਨੀ ਉਦੋਂ ਸੁੱਖੀ ਰੰਧਾਵਾ ਉਹ ਤਾਂ ਫੇਵਰੇਟ ਆਫ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਹੁੰਦੇ ਸੀ ਮਾਝੇ ਦੇ ਉਹਦੇ ਤਿੰਨ ਜਿਹੜੇ ਸਾਥੀ ਸੁੱਖੀ ਰੰਧਾਵਾ ਉਹਨਾਂ ਦੀ ਸਟੇਪਾਂ ਦਿਖਾ ਦਿਓ ਜਿਵੇਂ ਕਹਿ ਰਿਹਾ ਸੀ ਬੈਸਟ ਸੀ ਐਮ ਜਦੋਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੁੱਖੀ ਰੰਧਾਵੇ ਨੇ ਸਭ ਤੋਂ ਪਹਿਲੇ ਗੁਟਕਾ ਸਾਹਿਬ ਆਪ ਦਿੱਤਾ ਆ ਸਾਰੇ ਨਾ ਡਕੋਇਟਸ ਦੀ ਟੋਲਾ ਇਕੱਠਾ ਹੋਇਆ ਜਿੰਨੀ ਲੁੱਟ ਇਹਨਾਂ ਨੇ ਕੀਤੀ ਹੈ ਸਭ ਤੋਂ ਵੱਡੇ ਲੈਂਡ ਮਾਫੀਆ ਮੈਂ ਅੱਜ ਕਹਿੰਦਾ ਸਭ ਤੋਂ ਵੱਡਾ ਇਲੀਗਲ ਕੋਲੋਨਾਈਜ਼ਰ ਤੁਸੀਂ ਖਰੜ ਮੋਰਿੰਡਾ ਰੋਪੜ ਚਲੇ ਜਾਓ ਸਾਰੇ ਕਹਿਣਗੇ ਚੰਨੀ ਸਭ ਤੋਂ ਵੱਡਾ ਇਲੀਗਲ ਕੋਲੋਨਾਈਜ਼ਰ ਸਭ ਤੋਂ ਵੱਡਾ ਯੂ ਆਸਕ ਐਨੀ ਬੜੀ ਦੇਰ ਜ਼ਮੀਨ ਲੈ ਕੇ ਇਲੀਗਲ ਕੋਲੋਨੀ ਕੱਟਣ ਵਾਲੇ ਦੇ ਆਪ ਕਰਦੇ ਉਹਨਾਂ ਦੀ ਫੈਮਿਲੀ ਐਂਡ ਆਈ ਐਮ ਨੋਟ ਸੇਇੰਗ ਇਟ ਐਜ਼ ਅ ਥਿੰਗ ਯੂ ਕੈਨ ਗੋ ਐਂਡ ਆਸਕ ਐਨੀ ਬੜੀ ਜੀ ਸੋ ਦੀ ਯੂ ਨੋ ਪਹਿਲਾਂ ਤੁਸੀਂ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਆਪ ਕਿ ਤੁਸੀਂ ਜੋ ਸਟੇਟਮੈਂਟ ਦੇਣੀ ਹੈ ਕਿਸੇ ਵੱਲ ਪਹਿਲੇ ਤੋਂ ਆਪ ਦੱਸੋ ਵਟ ਇਜ਼ ਯੂ ਵਟ ਆਰ ਯੂ ਜੀ ਜੀ ਓਕੇ ਇਟਸ ਵੈਰੀ ਇੰਪੋਰਟੈਂਟ ਤੁਸੀਂ ਮੈਨੂੰ ਦੱਸੋ ਕਿ ਵਟ ਇਜ਼ ਦਾ ਵੇ ਫਾਰਵਰਡ ਵਟ ਡੂ ਯੂ ਸੀ ਤੁਸੀਂ ਕੀ ਕਹਿੰਦੇ ਹੋ ਵੀ ਨੀਡ ਪੰਜਾਬ ਨੀਡਸ ਨੀਡ ਤੁਸੀਂ ਕੀ ਕਰੋਗੇ ਮਤਲਬ ਵਟ ਆਈ ਐਮ ਸੇਇੰਗ ਜੀ ਪੰਜਾਬ ਨੀਡਸ ਅ ਵਿਜ਼ਨਰੀ ਡਾਇਨਾਮਿਕ ਡਿਸਾਈਸਿਵ ਚੀਫ ਮਿਨਿਸਟਰ ਹੂ ਥਿੰਕਸ ਬਿਗ ਐਂਡ ਹੂ ਹੈਜ਼ ਪਰਫੋਰਮਡ ਆਈ ਵਾਂਟ ਪੀਪਲ ਆਫ ਪੰਜਾਬ ask all political parties who is their CM face who will be their CM choose the right CM for the state who has done or whom you have faith in who can do who Sorry, can deliver who will be the CM face of Shromani Akali Dal te BSP da tnu aap hi pata ki CM face kisi ne decided so I don't have to just say that I want Congress to challenge Congress to declare challenge open challenge ki declare that Channi is going to be the CM face or who Navjot Sidhu jis the Channi kehta unguided missile is going to be launched again ask aam aadmi party the CM face why I am saying CM if a good CM is there it changes the whole perception of the state as well as dynamics of the state to see aaj you are in tribune you look at our history of Shromani Akali Dal what we committed
ਡਿਡ ਵੀ ਡਿਲੀਵਰ ਵੀ ਕਮਿਟਿਡ ਪੰਜਾਬ ਸਰਪਲਸ ਪਾਵਰ ਸਰਪਲਸ ਵੀ ਡਿਲੀਵਰਡ ਪੰਜਾਬ ਪਾਵਰ ਸਰਪਲਸ ਵੀ ਕਮਿਟਿਡ ਏਅਰਪੋਰਟ ਕਨੈਕਟੀਵਿਟੀ ਇਨ ਪੰਜਾਬ ਵੀ ਡਿਲੀਵਰਡ ਏਅਰਪੋਰਟ ਕਨੈਕਟੀਵਿਟੀ ਇਨ ਪੰਜਾਬ ਆਈ ਪ੍ਰੋਮਿਸਡ ਦੈਟ ਆਈ ਵਿਲ ਕਨੈਕਟ ਐਵਰੀ ਡਿਸਟ੍ਰਿਕਟ ਹੈਡਕੁਆਰਟਰ ਵਿਦ 4 to 6 ਲੇਨ ਐਕਸਪ੍ਰੈਸ ਵੇਜ ਆਈ ਡਿਲੀਵਰਡ ਇਟ ਅੱਜ ਤੁਸੀਂ ਚੰਡੀਗੜ੍ਹ ਤੋਂ ਲੁਧਿਆਣੇ ਜਾਂਦੇ ਹੋ ਜਲੰਧਰ ਜਾਂਦੇ ਹੋ ਅੰਮ੍ਰਿਤਸਰ ਤੋਂ ਤੁਸੀਂ ਜਾਂਦੇ ਹੋ ਪਠਾਨਕੋਟ ਜਾਂਦੇ ਹੋ ਅੰਮ੍ਰਿਤਸਰ ਤੋਂ ਬਠਿੰਡੇ ਚਲੇ ਜਾਓ ਫਿਰੋਜ਼ਪੁਰ ਤੋਂ ਇੱਥੇ ਆ ਜਾਇਓ ਬਠਿੰਡੇ ਤੋਂ ਚੰਡੀਗੜ੍ਹ ਆ ਕਿਤੇ ਵੀ ਚਲੇ ਜਾਓ ਜਸੀ ਦ ਰੋਡ ਨੈਟਵਰਕ ਅਸੀਂ ਡਿਲੀਵਰ ਕੀਤਾ ਵੀ ਹੈਵ ਡਿਲੀਵਰਡ ਤੁਸੀਂ ਪਹਿਲੇ ਫਲਾਈਓਵਰਸ ਤੁਸੀਂ ਰੇਲਵੇ ਬ੍ਰਿਜਸ ਕਿੰਨੇ ਦੇਖਦੇ ਹੁੰਦੇ ਸੀ ਸਾਰੇ ਰੇਲਵੇ ਬ੍ਰਿਜਸ 197 ਜਿੰਨੀ ਰਿਕੁਆਇਰਮੈਂਟ ਸੀ ਵੀ ਮੇਡ ਬਿਲਟ ਆਲ ਆਫ ਦੈਮ ਆਈ ਚੈਲੇਂਜ ਚੰਨੀ ਦ ਚੀਫ ਮਿਨਿਸਟਰ ਆਫ ਪੰਜਾਬ ਟੂ ਮੈਨਸ਼ਨ 5 ਥਿੰਗਸ ਇਨ ਲਾਸਟ 5 ਈਅਰਸ ਦੇ ਹੈਵ ਡਨ ਇਨ ਪੰਜਾਬ ਵਿਚ ਦੇ ਕੈਨ ਸੇ ਦਿਸ ਇਜ਼ ਆਰ ਕੰਟਰੀਬਿਊਸ਼ਨ ਐਨੀ ਸਿੰਗਲ ਥਿੰਗ ਆਈ ਆਸਕਡ ਹਿਮ ਲਾਸਟ ਟਾਈਮ ਹੀ ਕੁਡ ਨਾਟ ਆਨਸਰ ਫੋਰ ਦ ਲਾਸਟ ਕੈਪਟਨ ਸਟੇਨਿਓਰ ਐਂਡ ਹੀ ਸੈਡ ਓਨਲੀ ਪੈਚ ਵਰਕ ਆਈ ਐਨ ਆਸਕ ਹਿਮ ਨਾਉ ਟੂਡੇ 5 ਥਿੰਗਸ ਨਾਟ ਇਨ 5 ਆਈ ਸੈਡ 1 I can understand. How do you see your old ally BJP? BJP is not the BJP what it was in the Vajpayee tenure. That BJP, that NDA, where every ally was part of a team. There's no team anymore now. That is why you're seeing allies be any no more reggae. All major lies have gone. So anything else that you would like to say about Punjab, what we have not been able to ask? You know, Tushita Rose Kong, the local village which are there. Tushi ki dehde, ki thale ki gal chal rahi. Tushi ki thale dehde, loka di navs ke me dehde. Ida Rajni Kutta. Loka di navs, main loka vich ja ke samjha hai. Ji. Sa Prakash Singh Badal, 5 var Mukh Mantri taan bane, oh, aam janta de Mukh Mantri si. People had faith in him. Oh, sare communities de Mukh Mantri si. Sa Prakash Singh Badal, when I took over Akali Dal, and now when I started my campaign for this government, mainu bula ke unne kya do tin gallan. Ik kehnde Sukhbir, ik commitment dein, ki Punjab, jo aman shanti bahal rakhi, kuch marji ho jaye, aman shanti bahal rakhi, ਭਾਈਚਾਰਕ ਸਾਂਝ ਬਹਾਲ ਰਹਿਣੀ ਚਾਹੀਦੀ ਹੈ ਕਿਤੇ ਕਮਿਊਨਲ ਡਿਵਾਈਡ ਨਹੀਂ ਹੋਣੀ ਪੰਜਾਬ ਜੇ ਪੰਜਾਬ 'ਚ ਕਮਿਊਨਲ ਡਿਵਾਈਡ ਹੋ ਗਈ ਤਾਂ ਪੰਜਾਬ ਖਤਮ ਐਂਡ ਪੀਸ ਇਜ਼ ਦ ਮੋਸਟ ਇੰਪੋਰਟੈਂਟ ਜੇ ਪੰਜਾਬ 'ਚ ਕਮਿਊਨਲ ਹਾਰਮਨੀ ਰਹੂਗੀ ਪੀਸ ਰਹੂਗੀ ਪੰਜਾਬ ਹੈਜ਼ ਨੋ ਲਿਮਿਟਸ ਵੀ ਕੈਨ ਗਰੋ ਵੇਅਰ ਐਵਰ ਵੀ ਆਰ ਪਰ ਬਹੁਤ ਪਾਰਟੀਆਂ ਜਿਹੜੀਆਂ ਕਮਿਊਨਲ ਡਿਵਾਈਡ ਕਰਨਾ ਚਾਹੁੰਦੀਆਂ and peace disturb karna chahundi hai I promise people of Punjab I will sacrifice my life but I will not let communal divide take place and peace be disturbed so Shrimati Akali Dal agreeing on to have a deputy CM of the Dalits and you are also recent to visit to the Salasar is being seen ki the panthik nal utke eh vi hun Akali Dal vi thoda ja dusri communities ne votes to track kar liye kita ja what is panthik ਪੰਥ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਚੱਲਦਾ ਹੈ ਸਾਡੇ 9ਵੇਂ ਪਾਤਸ਼ਾਹ ਨੇ ਹਿੰਦੂ ਧਰਮ ਵਾਸਤੇ ਆਪਣੀ ਜਾਨ ਦੇ ਦਿੱਤੀ ਸਾਡੀ ਅਰਦਾਸ ਵਿੱਚ ਸਰਬੱਤ ਦਾ ਭਲਾ ਕਿਹਾ ਜਾਂਦਾ ਸਾਰਿਆਂ ਦਾ ਭਲਾ ਸਿੱਖਾਂ ਦਾ ਭਲਾ ਨਹੀਂ ਕਿਹਾ ਜਾਂਦਾ ਸਾਡੇ ਜਦੋਂ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੀ ਨੀਂਹ ਰੱਖਣੀ ਸੀ ਇੱਕ ਮੁਸਲਮਾਨ ਤੋਂ ਰੁਖਾਈ ਸੀ ਸਿੱਖ ਧਰਮ ਹੀ ਆਖਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਇਜ਼ ਇੰਪੋਰਟੈਂਟ ਫੋਰ ਪੰਜਾਬ ਵੀ ਨੀਡ ਅ ਸਟਰੋਂਗ ਫਿਊਚਰਿਸਟਿਕ ਚੀਫ ਮਿਨਿਸਟਰ ਨਾਟ ਅ ਮੀ ਟੂ ਚੀਫ ਮਿਨਿਸਟਰ ਐਕਚੁਅਲੀ ਵੀ ਵਾਂਟਡ ਟੂ ਟਾਕ ਅਬਾਊਟ ਸੈਕਰੀਲੇਜ ਬਿਕੋਜ਼ ਨਵਜੋਤ ਸਿੱਧੂ ਇਜ਼ ਫੋਕਸਿੰਗ ਔਨ ਸੈਕਰੀਲੇਜ ਇਸ਼ੂ ਹੀ ਵੈਂਟ ਟੂ ਬਰਗਾੜੀ ਆਲਸੋ ਸੋ ਡੂ ਯੂ ਥਿੰਕ ਸੈਕਰੀਲੇਜ ਇਜ਼ ਗੋਇੰਗ ਟੂ ਬੀ ਐਨ ਇਸ਼ੂ ਇਨ ਦਿਸ ਇਲੈਕਸ਼ਨ ਸੀ ਆਮ ਨਾਟ ਸੇਇੰਗ ਇਸ਼ੂ ਮੈਂ ਇੱਕ ਗੱਲ ਸਾਰਿਆਂ ਨੂੰ ਮੈਂ ਅਰਦਾਸ ਕੀਤੀ ਸੀ ਅਤੇ ਉਹ ਸੱਚੀ ਹੋਈ ਹੈ ਸੈਕਰੀਲੇਜ ਦੋਸ਼ੀਆਂ ਨੂੰ ਫੜਨ ਵਾਸਤੇ ਸਰਕਾਰਾਂ ਨੂੰ ਲੱਗਣਾ ਚਾਹੀਦਾ ਹੈ ਪੋਲੀਟਿਕਸ ਨਹੀਂ ਕਰਨੀ ਚਾਹੀਦੀ ਨਵਜੋਤ ਸਿੱਧੂ ਜਿੰਨੀ ਕਾਂਗਰਸ ਹੈ
ਉਹ ਇਸ ਇਸ਼ੂ 'ਤੇ ਪੋਲੀਟਿਕਸ ਕਰ ਰਹੀ ਹੈ ਐਂਡ ਪੋਲੀਟਿਕਸ ਕਰਨ ਕਰਕੇ ਲੋਕਾਂ ਦਾ ਵਿਸ਼ਵਾਸ ਹੀ ਇਹਦੇ 'ਤੇ ਇਹਨਾਂ 'ਤੇ ਉੱਤਰ ਗਿਆ ਸਮਝ ਆ ਗਈ ਪੰਜਾਬ ਦੀ ਜਨਤਾ ਨੂੰ ਕਿ ਇਨਸਾਫ ਨਹੀਂ ਦੇਣਾ ਚਾਹੁੰਦੇ ਕੌਮ ਨੂੰ ਆ ਇਕੱਲੇ ਪੋਲੀਟਿਕਸ ਕਰਨਾ ਚਾਹੁੰਦੇ ਆ ਸੋ ਜਿਹੜੀ ਆ ਕਹਿੰਦੇ ਨਾ ਦੇ ਥਿੰਕ ਦੇ ਕੈਨ ਬਿਲਡ ਔਨ ਇਟ ਅਗੇਨ ਐਂਡ ਅਗੇਨ ਪੀਪਲ ਹੈਵ ਨੋਨ ਹੈਵ ਗੋਟ ਟੂ ਨੋ ਦੈਮ And is Senior Badal going to contest? That's question. I have left it to him. Okay. I always want him to contest. I want him to keep the flag high all the time. He is an inspiration for us and our party. His one word, one advice is equal to million words and million advices. One thing more, you have left certain seats in Sangarur and Khadur Sahib. Which is for Tinsa family. No. We have got nothing to do with Tinsa family. So, there is no... No. It's not that. Okay. It's nothing to do with that. There were reports that maybe, you know, they may come back. Because you like Parminder Tinsa. You have said that he is... There is no way we will alliance with them. These seats will be announced in another week's time. We are just evaluating candidates. And if you looked at it, I have given about 50% of our candidates are brand new candidates this time. ਤੁਹਾਨੂੰ ਕੀ ਲੱਗਦਾ ਕਿ ਕੇਜਰੀਵਾਲ ਜੀ ਦਾ ਪੰਜਾਬ ਦੇ ਵਿੱਚ ਇੰਟਰਸਟ ਕੀ ਹੈ ਕੀ ਉਹਨਾਂ ਦਾ ਆਪਣਾ ਇੰਟਰਸਟ ਇਸੇ ਕਰਕੇ ਉਹ ਕਿਸੇ ਦਾ ਨਾਮ ਨਹੀਂ ਲੈ ਰਹੇ ਕੇਜਰੀਵਾਲ ਦਾ ਇੱਕੋ ਇੰਟਰਸਟ ਪਹਿਲੇ ਵੀ ਸੀ ਅਤੇ ਹੁਣ ਵੀ ਹੈ ਹੀ ਵਾਂਟਸ ਟੂ ਸਟਾਰਟ ਇਸ ਪੋਲੀਟੀਕਲ ਇਨਿੰਗ ਆਫ ਇੰਡੀਆ ਬਾਏ ਕਮਿੰਗ ਅ ਚੀਫ ਮਿਨਿਸਟਰ ਆਫ ਪੰਜਾਬ ਉਹਨਾਂ ਮਨ 'ਚ ਹੈ ਕਿ ਜੇ ਮੈਂ ਪੰਜਾਬ ਦਾ ਚੀਫ ਮਿਨਿਸਟਰ ਬਣ ਜਾਂ ਫਿਰ ਮੈਂ ਆਪਣੀ ਪਾਰਟੀ ਪੂਰੇ ਦੇਸ਼ ਵਿੱਚ ਸਪਰੈਡ ਕਰੂੰਗਾ ਦਿੱਲੀ ਦਾ ਚੀਫ ਮਿਨਿਸਟਰ ਕੋਲ ਕੋਈ ਪਾਵਰ ਨਹੀਂ ਇੱਕ ਮਿਊਨਸੀਪਲ ਕਮੇਟੀ ਦਾ ਪ੍ਰਧਾਨ ਵਾਂਗੂ ਹੀ ਹੈ ਨਾ ਪੁਲਿਸ ਹੈ ਨਾ ਐਡਮਿਨਿਸਟ੍ਰੇਸ਼ਨ ਹੈ ਨਾ ਜਿਹੜੀ ਹੈਗੀ ਡਿਵੈਲਪਮੈਂਟ ਕਰ ਸਕਦਾ ਹੈ ਹੁਣ ਉਹਦਾ ਇੱਕੋ ਹੀ ਗੇਮ ਹੈ ਹੁਣ ਤੁਸੀਂ ਦੱਸੋ ਇੱਕ ਡੇਢ ਮਹੀਨਾ ਰਹਿ ਗਿਆ ਪ੍ਰਧਾਨ ਉਹਦਾ ਭਗਵੰਤ ਮਾਨ ਹੈ ਅਤੇ ਕੀ ਆਪਣਾ ਚੀਫ ਮਿਨਿਸਟਰ ਕੈਂਡੀਡੇਟ ਦੱਸ ਨਹੀਂ ਸਕਦਾ ਭਗਵੰਤ ਮਾਨ ਆਪ ਰੌਲਾ ਪਾਈ ਜਾਂਦਾ ਸੋ ਇਹਨਾਂ ਦੀ ਸੀਰੀਅਸਨੈਸ ਦਾ ਉਵੇਂ ਪਤਾ ਲੱਗ ਜਾਂਦਾ ਐਂਡ ਕੀ ਦੇ ਆਰ ਹੀ ਇਜ਼ ਵੈਰੀ ਕਲੀਅਰ ਦੈਟ ਹੀ ਵਾਂਟਸ ਮੈਨੂੰ ਕਈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੇ ਇਨ ਕੋਨਫੀਡੈਂਸ ਦੱਸਿਆ ਕੋਈ ਐਮ ਪੀ ਮਿਲੇ ਮੈਨੂੰ ਉੱਥੇ ਕਿ ਹੀ ਹਿਮਸੈਲਫ ਵਾਂਟਸ ਟੂ ਬੀ ਦਾ ਚੀਫ ਮਿਨਿਸਟਰ ਪੰਜਾਬ ਪਰ ਲੁੱਕ ਐਟ ਦਾ ਕਮਿਟਮੈਂਟ ਲੈਵਲ ਆਫ ਦਿਸ ਮੈਨ I think he is beaten even Captain Amrinder Singh and Channi to it. Chhoothe gal karde. Tusi ohde jinne vi bayan dekh lo. Ohne sara kuch ohde opposite kita. Tusi ohda main TV te dekh reha si prana. Main politics zindagi ch nahi enter karunga politics enter kar gaya. On sar main jehda lokpal bill leke aunga. Punjab Delhi ikalli state hai jithe ajj tak lokpal bill nahi baneya. ਅੰਨਾ ਹਜ਼ਾਰੇ ਦੀ ਮੂਵਮੈਂਟ ਲੋਕਪਾਲ ਬਿੱਲ 'ਤੇ ਸ਼ੁਰੂ ਹੋਈ ਸੀ ਨਹੀਂ ਹੋਇਆ ਫਿਰ ਕਹਿੰਦਾ ਮੈਂ ਸਰਕਾਰੀ ਕੋਠੀ 'ਚ ਨਹੀਂ ਜਾਊਂਗਾ ਸਰਕਾਰੀ ਕੋਠੀ ਲੈ ਗਿਆ ਮੈਂ ਸੈਲਰੀ ਨਹੀਂ ਲਊਂਗਾ ਸਭ ਤੋਂ ਵੱਧ ਸੈਲਰੀ ਪੂਰੇ ਹਿੰਦੁਸਤਾਨ ਵਿੱਚ ਜੇ ਕਿਸੇ ਐੱਮ ਐੱਲ ਏ ਦੀ ਕਰਤੀ ਹੈ ਅਤੇ ਮਨਿਸਟਰ ਕਰਤੀ ਹੈ ਉਹ ਹੈ ਦਿੱਲੀ ਸਰਕਾਰ ਦੇ ਇੱਥੇ ਆ ਕੇ ਕਹਿੰਦਾ ਪੰਜਾਬ ਦੀ ਗੱਲ ਕਰਦਾ ਦਿੱਲੀ ਜਾ ਕੇ ਕਹਿੰਦਾ ਮੈਂ ਪੰਜਾਬ ਦਾ ਪਾਣੀ ਹਾਂ ਮੈਂ ਪਾਣੀ ਮੈਨੂੰ ਚਾਹੀਦਾ ਪੰਜਾਬ ਦਾ ਇੱਥੇ ਆ ਕੇ ਕਹਿੰਦਾ ਕਿ ਇੱਥੇ ਬਿਜਲੀ ਆਪਾਂ ਨੂੰ ਪੰਜਾਬ ਨੂੰ ਚਾਹੀਦੀ ਉੱਥੇ ਆ ਕੇ ਕਹਿੰਦਾ ਥਰਮਲ ਪਲਾਂਟ ਬੰਦ ਕਰੋ ਪੰਜਾਬ ਦੇ ਪਰਾਲੀ ਇੱਥੇ ਬੰਦ ਕਰੋ ਸਾੜਨੀ ਫਾਈਨ ਕਰੋ ਪੰਜਾਬ ਨੂੰ ਅਤੇ ਜਦੋਂ ਇੱਥੇ ਆਉਂਦਾ ਕਿ ਕੇਜਰੀਵਾਲ ਨੂੰ ਮੈਂ ਆਮ ਆਦਮੀ ਪਾਰਟੀ 'ਤੇ ਵੀ ਹੈਰਾਨ ਹੈ ਕਹਿੰਦੇ ਆ ਕੇਜਰੀਵਾਲ ਦੀ ਗਰੰਟੀ ਪਹਿਲੀ ਗਰੰਟੀ ਆਊਗਾ ਕੇਜਰੀਵਾਲ ਦਊਗਾ ਫਿਰ ਆਮ ਆਦਮੀ ਪਾਰਟੀ ਵਾਲੇ ਬੈਠੇ ਰਹਿੰਦੇ ਆ ਪ੍ਰਧਾਨ ਵੀ ਬੈਠਾ ਰਹਿੰਦਾ ਕਿ ਸਾਨੂੰ ਪਤਾ ਨਹੀਂ ਹੁਣ ਕੀ ਕਰਨਾ ਹੈ ਫਿਰ 3 ਹਫ਼ਤੇ ਬਾਅਦ ਕੇਜਰੀਵਾਲ ਫਿਰ ਤੋਂ ਆਉਂਦਾ ਜੀ ਪਤਾ ਲੱਗ ਰਿਹਾ ਕੇਜਰੀਵਾਲ ਦੂਜੀ ਗਰੰਟੀ ਦੇਣ ਵਾਸਤੇ ਆ ਰਹੇ ਸੋ ਯੂ ਵੇਟ ਫੋਰ 20 ਡੇਜ਼ ਫੋਰ ਇਹ ਸੈਕਿੰਡ ਗਰੰਟੀ ਹੁਣ ਪੀਪਲ ਆਰ ਵੇਟਿੰਗ ਫੋਰ ਇਸ ਥਰਡ ਗਰੰਟੀ ਆਊਗਾ ਕੇਜਰੀਵਾਲ ਕੀ ਤੀਜੀ ਗਰੰਟੀ ਇਸ ਕੇਜਰੀਵਾਲ ਗੋਇੰਗ ਟੂ ਗਿਵ ਅ ਗਰੰਟੀ ਟੂ ਦ ਪੀਪਲ ਆਫ ਪੰਜਾਬ ਹੂ ਇਸ ਕੇਜਰੀਵਾਲ ਟੂ ਗਿਵ ਅ ਗਰੰਟੀ ਆਫ ਜੀ ਵਾਟ ਇੰਟੈਂਸ਼ਨ ਕਲੀਅਰ ਦਿਸ ਕਲੀਅਰਲੀ ਸ਼ੋਜ਼ ਹੀ ਵਾਂਟਸ ਟੂ ਬੀ ਦ ਸੀ ਐਮ ਹੀ ਵਾਂਟਸ ਟੂ ਗਿਵ ਅ ਗਰੰਟੀ ਅਤੇ ਕਿਸੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਯੂਨਿਟ ਜਾਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਉਹ ਗਰੰਟੀ ਦੇ ਨਹੀਂ ਸਕਦਾ ਹੁਣ ਜੇ ਮੈਂ ਬੈਂਕ ਦਾ ਲੋਨ ਲੈਣਾ ਬੈਂਕ ਮੈਨੇਜਰ ਮੇਰੀ ਗਰੰਟੀ ਮੰਗੂਗਾ ਕਿ ਗੁਆਂਢੀ ਦੀ ਕਹੂਗਾ ਕਿ ਦੇਖੋ ਗਰੰਟੀ ਦੇ ਦਿਓ ਪੰਜਾਬ ਦਾ ਭਗਵੰਤ ਮਾਨ ਤਾਂ ਚੁੱਪ ਹੈ ਉਹ ਤਾਂ ਗਰੰਟੀ ਦਿੰਦਾ ਨਹੀਂ
केजरीवाल वेट करते वो आके गरंटी देगा वाई आर दे प्रेइंग फ्रॉड टू द पीपल। पहले कांग्रेस ने फ्रॉड खेडिया हूँ आम आदमी फ्रॉड खेड रहा। आई अपील टू पीपल ऑफ पंजाब बहुत पॉलिटिक्स खेली जा रही है बहुत ऐसे ड्रामे होने हैं सारिया चो जिन्हां पार्टियां श्रोमणी अकाली दल इकली पंजाब की है आम आम आदमी पार्टी केजरीवाल फैसला करता है कांग्रेस सोनिया गांधी करती है बीजेपी वास्ते अमित शाह ते नरेंद्र मोदी जी है कि आपा पंजाबी उन्होंने डीकते रहोंगे उन्होंने की फैसला होगा तुम देख नहीं लिया मोदी साहब का फैसला काले कानून पंजाब चलाते तो बीजेपी पंजाब की हिम्मत नहीं कि उन्होंने मुखालत कर सके ये मतलब जो केजरीवाल की सरकार पंजाब कहती कहना मैं पानी चाहिए दिल्ली इन्हों की हिम्मत नहीं होनी कि केजरीवाल ना कह सके क्योंकि मुख्यमंत्री उन्होंने बनाया जिमें इंदिरा गांधी ने आज राजस्थान में पंजाब पानी दिता पंजाब का पंजाब दे उदो दरबारा सिंह मुख्यमंत्री ने सब तो वड्डा पाप किया पर हिम्मत नहीं हुई उहदी इंदिरा गांधी के सामने खण दी ते पंजाब दा सारा पानी राजस्थान चला गया। कल्ला श्रोमणी अकाली दल है जिहड़ी जिहदे 14 तरीक नूं अगले महीने 100 साल पूरे होणगे जिहने जिउणा मरना पंजाब वास्ते है।